स्थानक शहर दी नामवर समाजसेवी संस्था रोटरी क्लब द्वारा प्रधान विजय कुमार लहरी उप टीम की विशेष प्रधानगी हेठ अध्यापक दिवस मौके अध्यापकों का सम्मान लिए विशेष सम्मान समारोह बंगी रोड स्थित स्टार प्लस कॉन्वेंट स्कूल विखे रखा गया, जिसकी शुरुआत विजय कुमार लहरी चेयरमैन स्टार प्लस स्कूल रामा द्वारा ज्योति प्रचंड करके की गई, जिस विच स्कूल प्रधान तेलू राम लहरी भूषण गर्ग ने परिवार समेत रोटरी क्लब रामा के समूह प्रबंधकों ने विशेष रूप से हाजिरी लगवाई। इस मौके रोटरी क्लब रामा के वालों विद्यार्थियों को चंगी सिक्ख्या देने के बदले 15 स्कूलों के 27 अध्यापकों बेस्ट अध्यापक के अवार्ड से सम्मानित किया गया। इस मौके क्लब प्रधान विजय कुमार लहरी और स्टार प्लस प्रिंसीपल मोनिका तिमान ने अध्यापकों को प्रणाम करते हुए कहा कि अध्यापक के मार्गदर्शन तो बिना कोई विद्यार्थी तरक्की नहीं कर सकता। उन्होंने अध्यापकों को अपना फर्ज तनदेही नाल निभाने के लिए प्रेरित किया। ਇਹਦਾ ਆਯੋਜਨ ਕੀਤਾ ਗਿਆ ਹੈ ਜਿਹਦੇ ਵਿੱਚ 15 ਸਕੂਲਾਂ ਦੇ ਟੀਚਰ ਨੂੰ ਸਨਮਾਨਿਤ ਕੀਤਾ ਗਿਆ ਹੈ। ਗਵਰਨਮੈਂਟ ਸਕੂਲ, ਪ੍ਰਾਈਵੇਟ ਸਕੂਲ, ਜਿਹੜੇ ਸਰਾਊਂਡਿੰਗ ਸੀ ਰਾਮਾ ਮੰਡੀ ਦੇ, ਇਹਨਾਂ ਸਾਰੇ ਸਕੂਲਾਂ ਨੂੰ ਅਸੀਂ ਰੋਟਰੀ ਕਲੱਬ ਰਾਮਾ ਵੱਲੋਂ ਹਰ ਸਾਲ ਦੀ ਤਰ੍ਹਾਂ ਸਨਮਾਨਿਤ ਕਰਦੇ ਆ ਰਹੇ ਹਾਂ ਔਰ ਅੱਜ ਵੀ ਅਸੀਂ ਇਹ ਦੁਬਾਰਾ ਉਪਰਾਲਾ ਕੀਤਾ ਹੈ ਅਤੇ ਸਾਨੂੰ ਇਹਨਾਂ ਟੀਚਰਾਂ 'ਤੇ ਮਾਣ ਹੈ ਕਿ ਇਹ ਹਮੇਸ਼ਾ ਅੱਛਾ ਯੋਗਦਾਨ ਦੇ ਰਹੇ ਹੈ ਸਮਾਜ ਦੇ ਵਿੱਚ ਔਰ ਆਉਣ ਵਾਲੇ ਸਮੇਂ 'ਤੇ ਵੀ ਹੋਰ ਉੱਚਾ ਅੱਛਾ ਯੋਗਦਾਨ ਦੇਣਗੇ, ਕਿਉਂਕਿ ਜਿਹੜਾ ਸਨਮਾਨ ਹੁੰਦਾ ਹੈ ਇਹ ਹਮੇਸ਼ਾ ਟੀਚਰ ਨੂੰ ਮੋਟੀਵੇਟ ਕਰਦਾ, ਸਮਰਪਿਤ ਕਰਦਾ ਬੱਚਿਆਂ ਪ੍ਰਤੀ। ਔਰ ਅਸੀਂ ਜਿਹੜੇ ਸਾਡੇ ਪ੍ਰੋਗਰਾਮ ਹੈ, ਹਮੇਸ਼ਾ ਅਸੀਂ ਡਾਕਟਰ ਡੇ ਵੀ ਸਨਮਾਨਿਤ ਕੀਤਾ ਸੀ, ਡਾਕਟਰਸ ਨੂੰ, CA ਨੂੰ ਵੀ ਸਨਮਾਨਿਤ ਕੀਤਾ ਸੀ, ਹੋਰ ਵੀ ਇੱਦਾਂ ਦੇ ਕਈ ਕਾਰਜਕ੍ਰਮ ਹੈ। ਜਿਹੜੇ ਰੋਟਰੀ ਕਲੱਬ ਇੰਟਰਨੈਸ਼ਨਲ ਕਲੱਬ ਹੈ, ਇਹਦੇ ਵੱਲੋਂ ਸਾਡੇ ਉੱਪਰੋਂ ਪ੍ਰੋਗਰਾਮ ਆਉਂਦੇ ਨੇ, ਉਹਦੇ ਅਕੋਰਡਿੰਗ ਅਸੀਂ ਔਨਰ ਕਰਦੇ ਹਾਂ ਹਰ ਤਰ੍ਹਾਂ। ਵੈਕਸੀਨੇਸ਼ਨ ਕੰਮ ਜਿੱਦਾਂ ਅਸੀਂ ਕਰੋਨਾ ਵੈਕਸੀਨ ਲਗਾਈ ਹੈ, ਉਹ ਵੀ ਅਸੀਂ ਬੜੇ ਮਤਲਬ ਕਾਫੀ ਸਕਸੈਸਫੁਲ ਰਿਹਾ ਕੈਂਪ। 450 ਡੋਜ਼ ਅਸੀਂ ਬੱਚਿਆਂ, ਗਰੀਬ ਪਰਿਵਾਰਾਂ ਦੇ ਜਿਹੜੇ ਵੀ ਜ਼ਰੂਰਤਮੰਦ ਸੀ ਉਹਨਾਂ ਨੂੰ ਲਗਵਾਈ ਹੈ। ਆਈ ਕੈਂਪ ਲਗਾਉਂਦੇ ਆ ਰਹੇ ਕਾਫੀ ਦੇਰ ਤੋਂ, ਮੈਡੀਕਲ ਕੈਂਪ ਵੀ ਲਗਾਉਂਦੇ ਆ ਰਹੇ ਹੈ, ਉਹ ਸਾਡਾ ਗ੍ਰੀਨ ਦਾ ਟ੍ਰੀ ਪਲਾਂਟੇਸ਼ਨ ਦਾ ਕੈਂਪ ਹੁਣ ਲਗਾਉਣੇ ਜਾ ਰਹੇ ਹਾਂ। ਇਸ ਤੋਂ ਬਾਅਦ ਨਵੇਂ ਨਵੇਂ ਕਾਰਜਕ੍ਰਮ ਹੈ, ਜਿਹੜੇ ਸਾਡੇ 15 ਅਗਸਤ ਵੀ ਅਸੀਂ ਸੈਲੀਬ੍ਰੇਟ ਕੀਤਾ ਜੀ ਸਾਡੇ ਸਕੂਲ ਵੱਲੋਂ, ਕਲੱਬ ਵੱਲੋਂ। ਅਸੀਂ ਆਉਣ ਵਾਲੇ ਸਮੇਂ 'ਚ ਵੀ ਹੋਰ ਪ੍ਰੋਗਰਾਮ ਹੈ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਪ੍ਰੋਗਰਾਮ ਹੈ ਔਰ ਜਿਹੜੇ ਸਮਾਜ ਦੇ ਅੱਗੇ ਵਧਣ ਵਾਲੇ ਜੋ ਵੀ ਇਨਸਾਨ ਨੇ ਉਹਨਾਂ ਨੂੰ ਹਮੇਸ਼ਾ ਅਸੀਂ ਮੋਟੀਵੇਟ ਕਰਦੇ ਰਹਾਂਗੇ। ਜਿੱਦਾਂ ਡਾਕਟਰ ਹੈ, ਪ੍ਰੈਸ ਰਿਪੋਰਟਰ ਹੈ, ਇਹਨਾਂ ਨੂੰ ਹਮੇਸ਼ਾ ਅਸੀਂ ਮਾਣ ਸਨਮਾਨ ਕਰਦੇ ਰਹਿੰਦੇ ਹਾਂ ਔਰ ਕਰਦੇ ਰਹਾਂਗੇ। ਥੈਂਕ ਯੂ ਸੋ ਮੱਚ। ਇਸ ਦੇ ਮੌਕੇ 'ਤੇ ਰੋਟਰੀ ਕਲੱਬ ਰਾਮਾ ਵੱਲੋਂ ਸਨਮਾਨਿਤ ਕੀਤਾ ਗਿਆ ਤਾਂ ਬਹੁਤ ਹੀ ਵਧੀਆ ਉਪਰਾਲਾ ਹੈਗਾ ਔਰ ਇਹਦੇ ਵਿੱਚ ਜੋ ਵਿਸ਼ੇਸ਼ ਸਹਿਯੋਗ ਰਿਹਾ ਸਟਾਰ ਪਲੱਸ ਸਕੂਲ ਦੀ ਜੋ ਸਕੂਲ ਮੈਨੇਜਮੈਂਟ ਕਮੇਟੀ ਉਹਨਾਂ ਦਾ ਰਿਹਾ ਔਰ ਬਹੁਤ ਹੀ ਅੱਛਾ ਲੱਗ ਰਿਹਾ ਹੈਗਾ, ਕਿਉਂਕਿ ਅਸੀਂ ਸਾਲ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਜੋ ਪ੍ਰੋਗਰਾਮ ਉਸ ਨੂੰ ਔਰਗਨਾਈਜ਼ ਕਰਦੇ ਹਾਂ, ਪਰ ਅਧਿਆਪਕਾਂ ਦੇ ਲਈ ਇਹ ਇੱਕੋ ਹੀ ਦਿਨ ਹੁੰਦਾ ਹੈ ਕਿ ਜੇਕਰ ਅਸੀਂ ਉਸ ਨੂੰ ਅੱਛੇ ਢੰਗ ਦੇ ਨਾਲ ਇਸ ਨੂੰ ਮਨਾਉਂਦੇ ਹਾਂ ਤਾਂ ਅਧਿਆਪਕ ਬਹੁਤ ਹੀ ਮਾਣ ਮਹਿਸੂਸ ਕਰਦੇ ਹੈ। ਤਾਂ ਮੇਰੇ ਵੱਲੋਂ ਇੱਕ ਵਾਰ ਫਿਰ ਤੋਂ ਸਾਰੇ ਹੀ ਰੋਟਰੀ ਕਲੱਬ ਮੈਂਬਰਸ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਮੈਂ ਰੋਟਰੀ ਕਲੱਬ ਦਾ ਅਤੇ ਉਹਨਾਂ ਦੇ ਸਾਰੇ ਮੈਂਬਰਸ ਦਾ, ਪ੍ਰੈਜ਼ੀਡੈਂਟ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰਕੇ ਸਾਡੇ ਟੀਚਰਸ ਲਈ ਕੁਝ ਨਾ ਕੁਝ ਕਰਨ ਦੀ ਸੋਚੀ। ਮੈਂ ਉਹਨਾਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਅਤੇ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਇਸ ਤੋਂ ਵੀ ਚੰਗਾ ਕਰੀਏ ਅਤੇ ਬੱਚਿਆਂ ਲਈ ਇੱਕ ਨਵਾਂ ਭਵਿੱਖ ਸਿਰਜ ਸਕੀਏ। ਥੈਂਕ ਯੂ ਰੋਟਰੀ ਕਲੱਬ, ਥੈਂਕ ਯੂ ਸਟਾਰ ਪਲੱਸ ਸਕੂਲ ਫੋਰ ਦਿਸ ਇਵੈਂਟ। ਥੈਂਕਸ ਅ ਲੋਟ। ਬਹੁਤ ਗੌਰਵਾਨਿਤ ਮਹਿਸੂਸ ਕਰ ਰਹੀ ਹੂੰ ਔਰ ਮੈਂ ਦਿਲ ਸੇ ਧੰਨਵਾਦ ਕਰਤੀ ਹੂੰ ਰੋਟਰੀ ਕਲੱਬ ਕਾ ਕਿ ਇਨਹੋਨੇ ਆਜ ਕੇ ਵਿਸ਼ੇਸ਼ ਅਵਸਰ ਪਰ ਹਮ ਟੀਚਰਸ ਕੋ ਸਨਮਾਨਿਤ ਕੀਆ ਹੈ। ਥੈਂਕ ਯੂ ਸੋ ਮਚ। ਬਹੁਤ ਬੜਾ ਸਫ਼ਰ ਹੈ ਲੇਕਿਨ ਟੀਚਰਸ ਆਪਕੋ ਉਸ ਰਾਸਤੇ ਪਰ ਚਲਨਾ ਸਿਖਾਤੇ ਹੈ, ਸੋ ਆਲਵੇਜ਼ ਬੀ ਥੈਂਕਫੁਲ ਟੂ ਯੂਰ ਟੀਚਰਸ। ਰਾਮਾ ਮੰਡੀ ਤੋਂ ਪਰਮਜੀਤ ਲਹਿਰੀ ਦੀ ਰਿਪੋਰਟ, NC7 ਨਿਊਜ਼।